ਚੱਲ ਰਹੋ ਤੁਸੀਂ ਹੋ ਸਾਡਾ ਰੱਬ ਹੋ ਸਾਡੀ ਉਮਰ ਤੁਹਾਨੂੰ ਲੱਗ ਜਾਵੇ ਬਾਕੀ ਕਬੱਡੀ ਨੂੰ ਚਾਉਣ ਵਾਲੇ ਹੋ ਤੁਹਾਡਾ ਬਾਲ ਵੀ ਬਿੰਗਾ ਨਾ ਹੋਵੇ ਪੰਜਾਬੀ ਵੀਰਿਓ ਇਸੇ ਤਰ੍ਹਾਂ ਹੱਸਦੇ ਰਹੋ ਵੱਸਦੇ ਰਹੋ ਨੱਚਦੇ ਰਹੋ ਟੱਪਦੇ ਰਹੋ ਚੁੱਗੋ ਚੁੱਗ ਜਵਾਨੀਆਂ ਮਾਣੋ ਇਹ ਆ ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ ਰਾਮਣ ਜੂਕੇ ਦੇ ਪਿਤਾ ਜੀ ਉਹਨਾਂ ਵੱਲੋਂ ਭਿੰਦਰ ਸਿੰਘ ਹੋਰਾਂ ਵੱਲੋਂ ਸੰਧੂ ਭਰਾਵਾਂ ਦੇ ਲਈ 200 ਰੁਪਏ ਦੇ ਮਾਨ ਜਿਹੜੇ ਫੇਰ ਸਾਡੇ ਲਈ ਪੁੱਜੇ ਨੇ ਧੰਨਵਾਦ ਕਰਦੇ ਹਾਂ ਜੀ ਇਹਨਾਂ ਨੂੰ ਆਖਦੇ ਹਾਂ ਸਾਹਮਣੇ ਮੁਕਾਬਲਾ ਪੂਰਾ ਸਖ਼ਤ ਕਿਹੜਾ ਜਾਣਾ ਦੀਪ ਆ ਬਖਸ਼ਿਆਂ ਤੋਂ ਪਰੇ ਹੋ ਜਾਓ ਬਾਈ ਆ ਬਖਸ਼ਿਆਂ ਤੋਂ ਪਰੇ ਹੋ ਜਾਓ ਇੱਧਰ ਕਰੰਟ ਆ ਰਿਹਾ ਤੇ ਵੇਖਾਂਗੇ ਕਿ ਸਾਹਮਣੇ ਬਾਖੇੜ ਕਬੱਡੀ ਦੇ ਵਿੱਚ ਇਸ ਵਕਤ ਮੇਰੇ ਵੀਰਿਓ ਕਬੱਡੀ ਕਬੱਡੀ ਤੁਹਾਡੇ ਸਾਹਮਣੇ ਆਹ ਮੁੰਡਾ ਦਲਵੀਰ ਕਬੱਡੀ ਪਾ ਰਿਹਾ ਹੈ ਕੇਸੀ ਨਾਲ ਸਿੱਧਾ ਮੁਕਾਬਲਾ ਹੈ ਅੰਗੜਾ ਦਲਵੀਰ ਮਨਾਣੇ ਵਾਲਾ ਆਪਣੀ ਟੀਮ ਨਹੀਂ ਜੋੜਦਾ ਹੋਇਆ ਸਾਹਮਣੇ ਦੇਖਾਂਗੇ ਇੱਕ ਪਾਸੇ ਤਲਵਿੰਦਰ ਭੁੱਚੋ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਸ਼ਿੰਦੇ ਵਰਗੇ ਬਾਖੇੜ ਕਬੱਡੀ ਦੇ ਅੱਤ ਜਾਫੀ ਲਾਟੋਂ ਦੀ ਧਰਤੀ ਦੇ ਯਾਤਰੀ ਬਾਰਡਰੋਂ ਪਾਰ ਕੀਤਾ ਹੈ ਡੰਬਰ ਜਿਹੜਾ ਮਨਾਣੇ ਦੀ ਟੀਮ ਦੀ ਕਬਜ਼ੇ ਦੇ ਵਿੱਚ ਹੈ ਲਾਟੋ ਵਾਲੇ ਵਾਸਤੇ ਸੰਧੂ ਦਾ 100 ਰੁਪਿਆ ਲਖਵਿੰਦਰ ਐਨਆਰ ਈਰਾਂ ਵੱਲੋਂ ਸਾਡੇ ਆਨੰਦਪੁਰ ਤੋਂ ਵੀਰ ਕਿਹੜੇ ਵੀ ਲਾਈਵ ਮੌਕੇ ਤੱਕ ਰਿਹਾ ਸਵੀਰ ਦੇ ਨਾਲ ਲਾਟੋ ਵਾਲੇ ਜੱਟ ਦੇ ਲਈ 100 ਰੁਪਏ ਉਹਨਾਂ ਵੀਰਾਂ ਦੇ ਵੱਲੋਂ ਪੁੱਜਦਾ ਕੀਤਾ ਗਿਆ ਦਸਨ ਪੁੱਜਦਾ ਕਰਦੇ ਸੜਕ ਵਾਲੇ ਪਾਸੇ ਟੀਮ ਜਿਹੜੀ ਤੁਹਾਡੇ ਸਾਹਮਣੇ ਮੇਰੇ ਵੀਰਿਓ ਮਨਾਣੇ ਦੀ ਹੈ ਤੇ ਦੂਜੇ ਪਾਸੇ ਟੀਮ ਜਿਹੜੀ ਇਸ ਵਕਤ ਪੁੰਦਰ ਦੀ ਹੈ ਤੱਕਦੇ ਹਾਂ ਕਿ ਬਾਖੇੜ ਕਬੱਡੀ ਦੇ ਵਿੱਚ ਸੰਦੀਪ ਉਪਦੇਸ਼ਿਆਂ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਬਾਖੇੜ ਕਬੱਡੀ ਦੇ ਅੱਤ ਜਾਫੀ ਕੇਸ਼ੀ ਵਰਗੇ ਆਹ ਮੁੰਡਾ ਕੀਪਾ ਭੁੰਦੜ ਵਾਲਾ ਤੇ ਦੂਜੇ ਪਾਸੇ ਵਿਦੇਸ਼ਾਂ ਦਾ ਸੰਦੀਪ ਹੈ ਦੋਨੋਂ ਬਾਖੇੜ ਕਬੱਡੀ ਦੇ ਸਟਾਰ ਜਾਫੀ ਦੇ ਰੇਡਰ ਹੈ ਇੱਕ ਪਾਸੇ ਸੰਦੀਪ ਆਪਣੀ ਟੀਮ ਨੂੰ ਜੋੜਦਾ ਹੋਇਆ ਹਾਜ਼ਰ ਬਣਿਆ ਜੱਸੂ ਤੂਰ ਤੇ ਜੀਤੀ ਠੇਕੇਦਾਰ ਵੱਲੋਂ ਸੰਦੀਪ ਵਿਦੇਸ਼ੇ ਦੇ ਵਾਸਤੇ 200 ਰੁਪਏ ਦੇ ਮਾਨ ਜਿਹੜੇ ਪੁੱਜਦੇ ਕੀਤੇ ਜਾ ਰਹੇ ਹੈ ਸਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਦੋਂ ਦੇਖਦਾ ਵੀ ਧੁੰਦੜਾ ਵਾਲਾ ਜੱਗੀ ਕਈ ਕਬੱਡੀ ਕੱਪਾਂ ਦਾ ਮੋਟਰਸਾਈਕਲ ਜੇਤੂ ਹੈ ਤੇ ਉੱਧਰ ਕਿਹੜੇ ਵੀ ਲਗਾਤਾਰ ਕਈ ਕਬੱਡੀ ਕੱਪਾਂ ਦੀ ਜੇਤੂ ਟੀਮ ਮਨਾਲਿਆਂ ਦੀ ਟੀਮ ਹੈ ਜ਼ਿਲ੍ਹੇ ਮੋਹਾਲੀ ਦੀ ਪ੍ਰਸਿੱਧ ਟੀਮ ਤੇ ਦੂਸਰੇ ਬੰਨੇ ਜ਼ਿਲ੍ਹੇ ਬਰਨਾਲੇ ਦੀ ਪ੍ਰਸਿੱਧ ਟੀਮ ਹੈ ਇੱਧਰ ਦੇਖਦਾ ਵੀ ਧਰਤੀ ਮਾਂ ਨੂੰ ਮੱਥਾ ਟੇਕਿਆ ਸਰਦਾਰ ਸੁਖਦੇਵ ਸਿੰਘ ਦਾ ਪੁੱਤਰ ਮੇਰੇ ਵੀਰਿਓ ਮਨਾਲੇ ਵਾਲਾ ਇਸ ਵੇਲੇ ਗੁੱਗਾ ਕਬੱਡੀ ਪਾ ਰਿਹਾ ਉਧਰ ਵੀ ਬਿਲਕੁਲ ਤਿਆਰ ਪਰ ਤਿਆਰ ਖੜੇ ਨੇ ਉਧਰੋਂ ਸਰਦਾਰ ਭੁਪਿੰਦਰ ਸਿੰਘ ਜੀ ਰਾਵਣ ਜੂਕੇ ਦੇ ਪਿਤਾ ਜੀ ਆਪਣੇ ਕਲਵੰਤ ਭਲਵਾਨ ਦੇ ਮਾਮਾ ਜੀ ਅਗਲੇ ਸਾਲ ਅੱਧੇ ਨੱਕ ਨਾਲ 1000 ਜੋੜ ਦਿੱਤਾ ਹੈ 52000 ਰੁਪਏ ਦੇ ਯੋਗਦਾਨ ਜਿਹੜੇ ਐਨ 21000 ਹੈ ਅਗਲੇ ਸਾਲ 52000 ਦੇ ਯੋਗਦਾਨ ਉਹਨਾਂ ਵੱਲੋਂ ਇਸ ਕਬੱਡੀ ਕੱਪ ਦੇ ਲਈ ਹੈ ਆਪਣੇ ਤੱਕ ਰਿਹਾ ਕਿ ਇੱਕ ਪਾਸੇ ਤਲਵਿੰਦਰ ਭੁੱਚੋ ਵਾਲਾ ਕਬੱਡੀ ਪਾ ਕੇ ਵਾਪਸ ਮਰਦਾ ਹੋਇਆ ਆਗੜਾ ਤਲਵਿੰਦਰ ਦੇ ਕਬਜ਼ੇ ਦੇ ਵਿੱਚ ਹੁੰਦਾ ਹੈ ਸਾਹਮਣੇ ਮਨਾਣੇ ਦੀ ਧਰਤੀ ਦਾ ਦਲਵੀਰ ਕਬੱਡੀ ਪਾ ਰਹੇ ਹੈ ਤੇ ਸਾਹਮਣੇ ਵੇਖਾਂਗੇ ਗੋਪੀ ਵਰਗੇ ਕੀਪੇ ਪੁੰਦਰ ਵਰਗੇ ਕੇਸੀ ਬਾਲਟ ਵਾਲੀਆ ਭੀਰੂ ਧੌਲੇ ਵਾਲਾ ਚਾਰ ਜਾਫੀਆਂ ਦੀ ਗੁੰਮਦੀ ਚੇਨ ਦੇ ਵਿੱਚ ਮੁਕਾਬਲਾ ਕਿੱਦਾਂ ਦਾ ਹੋਣਾ ਲੈ ਵੀ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢਿੱਲੇ ਪਈਏ ਨੱਕ ਵਿੱਚ ਦਮ ਕਰਕੇ ਰਹੀਏ ਐਵੇਂ ਕੋਈ ਲਿਆਉਂਦਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਬਈ ਮੁੜ ਕੇ ਹੱਥ ਆਉਂਦਾ ਨਹੀਂ ਆਪਣਾ ਦਲਵੀਰ ਆਪਣੀ ਟੀਮ ਨੂੰ ਜੋੜਦਾ ਹੋਇਆ ਸਾਹਮਣੇ ਭੁੰਦੜ ਵਾਲਾ ਜੱਗੀ ਕੌਡੀ ਪਾਉਂਦਾ ਜੱਗੀ ਭੁੰਦੜਾ ਵਾਲਾ ਟੇਕ ਦਿੱਤਾ ਧਰਤੀ ਮਾਂ ਨੂੰ ਮੱਥਾ ਕਿ ਮੱਥਾ ਟੇਕਿਆ ਤਾਵੀ ਨੇ ਹੱਥ ਜੋੜੇ ਉਹ ਲੱਗਿਆ ਰੱਬ ਨੂੰ ਧਿਆਨ ਲੋਕੋ ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਪੀ ਜੱਗੀ ਚੱਲਿਆ ਕਬੱਡੀਆਂ ਪਾਉਣ ਲੋਕੋ ਭੁੰਦੜਾ ਵਾਲਾ ਜੱਗੀ ਦੇਖ ਲਿਓ ਫੇਰ ਆਪਣੀ ਟੀਮ ਲਈ ਸ਼ਾਨਦਾਰ ਰੈਂਕ ਦਾ ਵਾਧਾ ਕਰਦਾ ਇੱਧਰ ਕਿਹੜੇ ਵੀ ਵਿਦੇਸ਼ਾ ਪਿੰਡ ਸੰਦੀਪ ਦੀ ਪਈ ਹੋਈ ਕਬੱਡੀ ਆ ਖਾੜਵਾ ਏਰੀਆ ਦੇ ਵੀਰਿਓ ਕਹਿੰਦੇ ਵੀ ਮੋਹਾਲੀ ਦੀ ਟੀਮ ਵੀ ਅੱਜ ਫੇਰ ਕਿੱਲ ਕੱਢੀ ਜਾਂਦੀ ਆ ਕੰਡੇ ਕੱਢੀ ਜਾਂਦੀ ਆ ਉਧਰ ਗੋਪੀ ਦੀ ਕੀਤੀ ਟਰਾਈ ਸਰੀ ਤੇਜਪਾਲ ਦੀ ਟਰਾਈ ਆ ਆਹ ਕਿਹੜਾ ਸੰਦੀਪ ਦੇ ਵਾਸਤੇ ਜੁੜਦਾ ਹੋਇਆ ਰੁਕਦੇ ਆ ਕਿ ਸਾਹਮਣੇ ਲੈ ਵੀ ਸਿੰਧਿਆ ਤਗੜਾਲੀ ਵਾਲਿਆ ਲਾਲ ਗਫਾਈਵਾਲਾ ਉਰਲੀ ਕਰੀ ਤੇ ਛੱਡਾ ਪਰਲੇ ਪਾਸੇ ਸੁਪਿੰਦਰ ਮਨਾਣੇ ਵਾਲਾ ਤੇ ਨਾਲੇ ਜੱਟ ਲਾਟੋ ਵਾਲਾ ਪੈਰ ਬਾਰਡਰ ਪਾਰ ਹੋਣ ਦਾ ਇਸ਼ਾਰਾ ਅੰਗੜਾ ਤਲਵਿੰਦਰ ਭੁੱਚੋ ਵਾਲਾ ਆਪਣੀ ਟੀਮ ਨੂੰ ਜੋੜਦਾ ਹੋਇਆ ਬੁੱਗਾ ਮਨਾਣੇ ਵਾਲਾ ਕਬੱਡੀ ਪਾਉਣ ਦੇ ਲਈ
अगे वाल वाधा सवरिया भुगा मनाने वाला सामना किदां दा होणा है इहनू कहिंदे ने के पेंडे दूर पछौरां दे भाई बाघे दे बार्डर ते ओए राह पुछदी लाहौरां दे बाघे दे बार्डर ते राह पुछदी लाहौरां दे अंगड़ा रेडर दे कब्जे दे चुदा होया जग्गी कबड्डी पाउण दे लई अगे वल वधिया जग्गी पोंदड़ा वाला फिर अगली कबड्डी पाउंदा है साढ़े रब वर्गे यारां दा दर्शन औजले वाला गुरत्यार वाला रमनदीप तूर वाला हरपाल वाला धन्नवाद है कि मां खेड कौंडी लई मेहनत जो कर दे उन्हां दी झोलियां तू खुशियां ना भर दे कर दिल देर माल सदे पूरे ना कर देर मालका कौंडी खेड उत्ते रखी सदा मेहर मालका कौंडी खेड उत्ते रखी सदा मेहर मालका नारे दा तलवीर कबड्डी पाउंदा है सामने पौंदर दी धरती दे कीपे वर्गे लै दी गोपी मंडियां वालिया अज वेख नजारा दे बबलू यूएसए वाला तक रहा है जलंधर सिद्धू जी बैठे तक रहे ने कबड्डी दे प्रमोटर लै वी केसिया ला यफा गुरत्यान तूर वालों आ कबड्डी दे 100 रुपए दे मान है एक पासे केसी पांडता दा मुंडा ते दूजे पासे आओ दलवीर मनाने वाला कबड्डी दे जोड़ गया चलो जवाना पा कबड्डी तुहाडे सामने तलविंदर पुछो माला कबड्डी पाउण दे लई अगे वल वधदा होया सामने चार जाफियां दे विचों मनिंदर किशनपुरिया पाडा वटच दे इशारे दा अंगड़ा रेडर ने अपनी टीम लई जोड़िया है संदीप बदेसा कबड्डी पा रहे है गज चौड़ी छाती है थब्बे थब्बे दे पट है एक क्वांटल 30 किलो भार मुंडे दा तुहाडे सामने कबड्डी पाउंदा है लै वी देख के सिया लै वी कीपे भुंदड़ वालिया लै वी भीरू तौले वालिया लै वी गोपी मंडियां वालिया अरोक मुंडे नूं जे रोकिया जांदा है मनी धूड़ वाला कहिंदा है कि दा डब टच दा इशारा बदेसियां दे संदीप दा नंबर हो गया है सामने जग्गी भुंदड़ वाला सवरनिया कबड्डी पाउंदा है भुंदड़ा वाला जग्गी मेरे वीरियो अगली कबड्डी पा रहा है लै वी भोटिया लातों वाले जट पिंडाल किले दी मनिंदर किशनपुरिया ते सुपिंदर मनारिया दी धरती दा केड़ा यफा लावेगा ए समें दे मंगल होणे है जित हार दा सवाल बणिया होया है जितण वाली टीम फाइनल मैच खेडेगी उधर देखदे नी मनिंदर किशनपुरिया इंग्लैंड दी लिस्टर कबड्डी क्लब दे लगातार खेडदा आ रिहा उधर शेर दी ते हंडा दे दरमियान मुकाबला हिकमोर दा यफा होवेगा धरती दे तारी जरूर मारियो जे आयो तारी मनिंदर किशनपुरिया आ कबड्डी टीम ने जोड़ गई है आ तुहाडे सामने मनाने वाला बुग्गा कबड्डी पा रहे है सामने देखांगे मनी धूड़ वाले दी बिसल बजनी है कीपा भुंदड़ वाला मनाने वाले बुग्गे नूं टुट टुट के पैंदा है टुट टुट के पैंदा है अग बुग्गा बनाने वाला अपनी टीम ने जोड़ गया है तलविंदर कबड्डी पाउण दे लई अगे वल वधदा होया पुछो धरती दा बबर शेर भुंदड़ वालों चले बरनाले वालों कबड्डी पा रहे है ते दूजे पासे देखांगे शपिंदर मनाने वाला लाटो वाला जट अज हरकिया लगता है ते बचकार तो कहंदे ने टंगलाड़ी दी धरती दा शिंदा ए मुंडा मुंडा सिंदा है ते दूजे पासे मेरे वीरियो अगड़ा तलविंदर अपनी टीम ने जुड़ गया शिंदा पकना काम रहा है अपना लाउण दे विच अगली बार शिंदिया कायम होके चिमड़ना जवाना चल भी जवाना पा कबड्डी सवरना शेर कहानी दलबीर मनाने वाला लाडे मनाने वाले दलबीर की अगली कबड्डी पैंदी है बड़ा निग्गा सवाल है कदे भी बालिया के कबड्डी कप तो केवल प्रधान के कबड्डी कप का बोल्ट मोटरसाइकिल जेतू आ सरदार केसर सिंह जी थिंद कदे भी थिंद मार करते सरदार केसर सिंह जी अपने लाडले पुत की गेम से मेरे वीरियो कनेडा की शहर की आ शांत रंग का वाधा अपनी टीम लिए करता है यह बलियाल पिंड का बिट्टू चौड़ी छाती आ थबे थबे दे पाटा के चक्की दे पुड़ वर्गिया छातियां जिगरे गाडर ने भाई जूझ जूझ के हंदियां दा टच करदे वाडर ने अंक फिर इस समय बलियाल वाला भी तू अपनी टीम दे वास्ते जो मुंडा संदीप देसियां दा कबड्डी पाउंदा है 6.5 फुट दे लागे कद है मुंडे दा साढ़े तहल तूर बोलो आ कबड्डी दे 100 दा नोट लगे है टकरिया के सामने संदीप देसियां दा कबड्डी पाउण दे लेके बल वाधा होया मुकाबला पूरा सख्त है जसर महना वाले दसी अगला सैमीफाइनल इधरों कहिंदे ने केसी पंडता दा मुंडा अज 18 टेरे ट्राले नूं सड़कों लाउण लगे है थोड़ी सट बज गई है मुंडे दी गोडे नूं मरोड़ आई है 100 रुपया
ਸਾਡੇ ਜੀਤੀ ਠੇਕੇਦਾਰ ਵੱਲੋਂ ਕੇਸੀ ਨੂੰ 100 ਹੈ, ਟਹਿਲਦੂਰ ਵੱਲੋਂ 100 ਫੜਾ ਦਿਓ ਕੇਸੀ ਨੂੰ, ਆਹ ਚੰਦਰ ਗਿੱਲ ਵੱਲੋਂ 100 ਰੁਪਇਆ ਜੀ, ਛੰਨਾ ਤੇ ਝਨੇੜੀ ਦੀਆਂ ਟੀਮਾਂ ਦੇ ਵਿਚਕਾਰ ਜਿਹੜਾ ਅਗਲਾ ਸੈਮੀਫਾਈਨਲ ਖੇਡਿਆ ਜਾਣਾ ਹੈ, ਫਤਿਹਗੜ੍ਹ ਛੰਨਾ ਤੇ ਝਨੇੜੀ ਇਹਨਾਂ ਟੀਮਾਂ ਦੇ ਵਿਚਕਾਰ ਜਿਹੜਾ ਅਗਲਾ ਸੈਮੀਫਾਈਨਲ, ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਓ, ਫਤਿਹਗੜ੍ਹ ਛੰਨਾ ਤੇ ਝਨੇੜੀ, ਚਲੋ ਜਵਾਨਾ ਪਾ ਕਬੱਡੀ, ਇੱਕ ਪਾਸੇ ਕੀਪਾ ਕਬੱਡੀ ਪਾਉਣ ਦੇ ਲਈ ਅੱਗੇ ਬਲਵਾਦਾ ਹੋਇਆ, ਅਤਲਵਿੰਦਰ ਕਬੱਡੀ ਪਾਉਣ ਦੇ ਲਈ ਅੱਗੇ ਬਲਵਾਦਾ ਹੋਇਆ, ਤੇ ਦੂਜੇ ਪਾਸੇ ਲਾਟੋ ਦੀ ਧਰਤੀ ਦਾ ਤੇ ਨਾਲ ਇਹ ਕਹਿੰਦੇ ਨੇ ਛਪਿੰਦਰ ਬਾਗੜ ਕਬੱਡੀ ਦਾ ਅੱਤ ਜਾਫੀ ਮਨਾਉਣੇ ਵਾਲਾ, ਬਈ ਬਤਲਵਿੰਦਰ ਨੇ ਵੀ ਅੱਜ ਇਹ ਧਰਤੀ ਦੇ ਕਲਬੋਸ਼ਾਂ ਦੀ ਧਰਤੀ ਦੇ ਅੱਤ ਕਰਾਈ ਹੈ ਮੇਰੇ ਵੀਰਿਓ, ਆਪ ਆਪਣੀ ਟੀਮ ਦੇ ਲਈ ਜੋੜੇ ਹੈ, ਚੱਲ ਵੀ ਬੁੱਗੇ ਮਨਾਉਣੇ ਵਾਲੇ ਆ ਕਬੱਡੀ, ਸਾਡਾ ਸ਼ੇਰ ਕਹਾਣੀ ਮਨਾਉਣੇ ਦਾ ਬੁੱਗਾ, ਬੁੱਗਾ ਮਨਾਉਣੇ ਵਾਲਾ ਕਬੱਡੀ ਪਾਉਂਦਾ ਹੈ, ਅੱਜ ਕਹਿੰਦੇ ਵੀ ਗੁਰਜ ਦੇ ਨਾਲ ਮਾਣ ਸਨਮਾਨ ਕੀਤੇ ਗਏ ਆ ਖਿਡਾਰੀ ਦੇ, ਕਿਉਂਕਿ ਇਸ ਧਰਤੀ ਤੋਂ ਇਸ ਗਰਾਊਂਡ ਦੇ ਵਿੱਚੋਂ ਬਾਬਾ ਤਿਲਕ ਰਾਮ ਖੇਡ ਮੈਦਾਨ ਹੈ ਮੇਰੇ ਵੀਰਿਓ, ਬਾਬਾ ਤਿਲਕ ਰਾਮ ਖੇਡ ਮੈਦਾਨ ਦੇ ਵਿੱਚ ਅੱਜ ਕਬੱਡੀ ਦੀਆਂ ਰੌਣਕਾਂ ਲੱਗੀ ਹੈ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਵੱਲੋਂ 7ਵਾਂ ਸ਼ਾਨਦਾਰ ਖੇਡ ਮੇਲਾ ਅੱਜ ਇਸ ਖੇਡ ਸਟੇਡੀਅਮ ਦੇ ਵਿੱਚ ਕਰਵਾਇਆ ਜਾ ਰਿਹਾ ਹੈ, ਕਹਿੰਦੇ ਵੀ ਅੱਜ 50 ਦੇ ਕਰੀਬ ਅੰਤਰਰਾਸ਼ਟਰੀ ਖਿਡਾਰੀ ਇਸ ਧਰਤੀ ਤੇ ਪੁੱਜੇ, 50 ਤੋਂ ਵੀ ਵੱਧ ਖਿਡਾਰੀ ਪੁੱਜੇ ਹੈ, ਇਹ ਮਾਣ ਵਾਲੀ ਗੱਲ ਹੈ, ਉਧਰ ਪੋਂਦਰਾ ਵਾਲੇ ਜੱਗੀ ਦੀ ਪਈ ਹੋਈ ਕਬੱਡੀ ਆ, ਉਧਰ ਚਾਰੇ ਸੁਪਰ ਸਟਾਰਾਂ ਦੀ ਕੌਮ ਦੀ ਚੇਨ ਦੇ ਵਿੱਚੋਂ ਹਲਕਾ ਜਿਹਾ ਟੱਚ, ਅੱਗ ਜੱਗੀ ਪੋਂਦਰਾ ਵਾਲਾ ਫੇਰ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਤੱਕ ਦਿਆਂਗੇ, ਦਲਬੀਰ ਮਨਾਣੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਬਲ ਵਧਿਆ ਹੈ, ਚੁੱਕਿਆ ਐ ਨੀ ਚੁੱਕਿਆ ਕਿ ਮੈਂ ਈਦ ਮੰਨ ਗਿਆ, ਐ ਚੁੱਕਿਆ ਕਿ ਮਨੀ ਧੂੜ ਵਾਲਿਆ ਕੋਈ ਲੱਤੀ ਨਾ ਲੱਗਦੇ, ਪਸ਼ਮੀ ਦਾ ਕਰਾਚੋ ਵਾਲਾ ਮਨੀ ਧੂੜ ਵਾਲਾ ਤੇ ਨਾਲ ਇਹ ਸਾਡਾ ਸਤਗੁਰ ਝਨੇੜੀ ਵਾਲਾ ਮੇਰੇ ਵੀਰਿਓ ਪੱਟੀ ਵਾਲਾ ਵੀਰ ਅੱਜ ਪੂਰੇ ਵਧੀਆ ਢੰਗ ਦੇ ਨਾਲ ਰੈਫਰ ਕਰ ਰਹੇ ਹੈ, ਮੁਕਾਬਲਾ ਸਮਾਪਤ ਹੋ ਗਿਆ, ਇਸ ਮੁਕਾਬਲੇ ਚੋਂ ਮਨਾਣੇ ਦੀ ਟੀਮ ਫਾਈਨਲ ਚ ਪਹੁੰਚ ਗਈ ਹੈ, ਮਨਾਣੇ ਦੀ ਟੀਮ ਫਾਈਨਲ ਚ ਪਹੁੰਚ ਗਈ ਹੈ, ਲੈ ਵੀ ਚੌਥਾ ਮੈਚ ਜਿੱਤਣ ਦੀ ਤਿਆਰੀ ਹੋ ਗਈ ਹੈ ਰਾਜੇ ਧਨੌਰੀ ਵਾਲਾ, ਮੁਬਾਰਕਬਾਦ ਆ ਤੈਨੂੰ ਨੌਜਵਾਨਾਂ, ਚੌਥਾ ਮੈਚ ਜਿਹੜਾ ਜਿੱਤਣ ਦੀ ਤਿਆਰੀ ਹੈ, ਗੌਰਵ ਸਿਆ ਆ ਜਾ ਸਾਹਮਣਾ ਮੈਚ, ਗੁਰਦੀਪ ਤੂਰ ਵੱਲੋਂ ਸੰਧੂ ਭਰਾਵਾਂ ਲਈ ਵੱਡੇ ਮਾਣ ਆ, ਬਹੁਤ ਬਹੁਤ ਥੈਂਕ ਯੂ ਸਾਰੇ ਵੀਰਾਂ ਦਾ ਦਰਸ਼ਨ, ਬਾਈ ਔਜਲਾ ਜੀ ਸਾਡੇ ਪ੍ਰਧਾਨ ਸਾਹਿਬ, ਰਮਨਦੀਪ ਤੂਰ ਪ੍ਰਧਾਨ ਸਾਹਿਬ, ਬਾਈ ਗੁਰਧਿਆਨ ਉਰੀ, ਹਰਪਾਲ ਉਰੀ, ਚਮਕੌਰ ਉਰੀ, ਗੁਰਦੀਪ ਉਰੀ, ਸੁਪਿੰਦਰ ਉਰੀ, ਸੰਦੀਪ ਉਰੀ, ਜਗਤਾਰ ਬਾਈ ਉਰੀ, ਸਾਰੇ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ ਆ ਜੀ, ਜੀ ਆਇਆਂ ਨੂੰ, ਗੌਰਵ ਆ ਜਾ ਕੇ ਨਾ ਮੈਕ ਤੇ ਆ ਜਾ, ਝਨੇਰੀ ਤੇ ਫਤਿਹਗੜ੍ਹ ਛੰਨਾ ਦੀਆਂ ਟੀਮਾਂ ਦੇ ਵਿਚਕਾਰ ਜਿਹੜਾ ਇਹ ਸੈਮੀਫਾਈਨਲ ਮੈਚ ਖੇਡਿਆ ਜਾਣਾ ਹੈ, ਜਿਹੜੀ ਟੀਮ ਉਹਦੇ ਵਿੱਚੋਂ ਜਿੱਤੂਗੀ ਫਾਈਨਲ ਮੈਚ ਮੇਰੇ ਵੀਰੋ ਮਨਾਣੇ ਨਾਲ ਖੇਡਿਆ ਜਾਣਾ ਹੈ, ਮਨਾਣੇ ਦੀ ਟੀਮ ਜਿਹੜੀ ਫਾਈਨਲ ਦੇ ਵਿੱਚ ਪਹੁੰਚ ਗਈ ਹੈ, ਮਨਾਣਾ ਗੌਰਵ ਆਪਣੀ ਕਾਰਵਾਈ ਸ਼ੁਰੂ ਕਰ, ਨੌਜਵਾਨਾਂ ਟੀਮਾਂ ਨੂੰ ਬੁਲਾ, ਹੈਲੋ ਆ ਬਾਕੀ ਜਿਹੜਾ ਕੰਮ ਆਪਾਂ ਬਾਅਦ ਚ ਕਰਦੇ ਜਾਵਾਂਗੇ, ਮੈਚ ਜਿਹੜਾ ਕਿਹੜੀ ਕਿਹੜੀ ਟੀਮ ਦਾ ਖੇਡਿਆ ਜਾਣਾ, ਹੈਲੋ ਸੰਧੂ ਸਾਹਿਬ ਮੈਚ ਜਿਹੜਾ ਲਾਂਚ ਕਰ ਦਿੱਤਾ ਜਾਵੇ, ਸ਼ਹਿਰੀ ਹੈ ਸ਼ਵਰਨ ਦਾ ਮੁੰਡਾ, ਫਤਿਹਗੜ੍ਹ ਛੰਨਾ ਤੇ ਝਨੇੜੀ ਦੀਆਂ ਟੀਮਾਂ, ਦੋਨੋਂ ਟੀਮਾਂ ਜਲਦੀ ਨਾਲ ਸੈਕੰਡ ਸੈਮੀਫਾਈਨਲ ਮੈਚ ਖੇਡ ਕਬੱਡੀ ਦਾ, ਦੋਨੋਂ ਟੀਮਾਂ ਜਲਦੀ ਨਾਲ ਪੁੱਜ ਜਾਣ, ਝਨੇੜੀ ਤੇ ਫਤਿਹਗੜ੍ਹ ਛੰਨਾ ਇਹ ਦੋਨੋਂ ਟੀਮਾਂ ਬਿਨਾਂ ਕਿਸੇ ਦੇਰੀ ਖੇਡ ਮੈਦਾਨ ਦੇ ਵਿੱਚ ਪੁੱਜਣਗੀਆਂ, ਝਨੇੜੀ ਤੇ ਫਤਿਹਗੜ੍ਹ ਛੰਨਾ, ਝਨੇੜੀ ਤੇ ਫਤਿਹਗੜ੍ਹ ਛੰਨਾ ਦੀਆਂ ਟੀਮਾਂ ਜਿਹੜੀਆਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ, ਝਨੇੜੀ ਤੇ ਫਤਿਹਗੜ੍ਹ ਛੰਨਾ,
ਸ਼ਹਿਰੀ ਸਵਰਨ ਮੁੰਡਾ ਕੱਜੂ ਮਜਰੇ ਤੋਂ ਉਹ ਗੇਟ ਤੇ ਆ ਕੇ ਆਪਦੇ ਨਾਲ ਦੇ ਸਾਥੀ ਨੂੰ ਮਿਲੇ। ਕਿਹੜੀਆਂ ਕਿਹੜੀਆਂ ਟੀਮਾਂ ਨੇ? ਫਤਿਹਗੜ੍ਹ ਛੰਨਾ ਤੇ ਝਨੇੜੀ ਦੂਜਾ ਸੈਮੀਫਾਈਨਲ ਮੈਚ ਖੇਡ ਕਬੱਡੀ ਦਾ। ਠੀਕ ਹੈ ਜੀ, ਝਨੇੜੀ ਤੇ ਫਤਿਹਗੜ੍ਹ ਛੰਨਾ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ 'ਚ ਆ ਜਾਓ। 75 ਦਾ ਫਾਈਨਲ ਦੋਨੋਂ ਟੀਮਾਂ ਤੋਂ ਬਾਅਦ ਹੋਊਗਾ। ਝਨੇੜੀ ਤੇ ਫਤਿਹਗੜ੍ਹ ਛੰਨਾ ਦੀਆਂ ਟੀਮਾਂ ਜਿਹੜੀਆਂ ਜਲਦੀ ਨਾਲ ਪੁੱਜ ਜਾਣ। ਝਨੇੜੀ ਤੇ ਫਤਿਹਗੜ੍ਹ ਛੰਨਾ, ਝਨੇੜੀ ਤੇ ਫਤਿਹਗੜ੍ਹ ਛੰਨਾ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਖੇਡ ਦੇ ਮੈਦਾਨ ਦੇ ਵਿੱਚ ਪੁੱਜ ਜਾਣ। ਝਨੇੜੀ ਤੇ ਫਤਿਹਗੜ੍ਹ ਛੰਨਾ, ਕੀਪਾ ਭੁੰਦੜ ਵਾਲਾ ਮੇਰੇ ਨਾਲ ਸੰਪਰਕ ਕਰੇ, ਕੀਪਾ ਭੁੰਦੜ ਪਿੰਡ ਦਾ। ਝਨੇੜੀ ਤੇ ਫਤਿਹਗੜ੍ਹ ਛੰਨਾ ਦੀਆਂ ਟੀਮਾਂ ਜਿਹੜੀਆਂ ਜਲਦੀ ਨਾਲ ਬਿਨਾਂ ਕਿਸੇ ਦੇਰੀ ਖੇਡ ਦੇ ਮੈਦਾਨ ਦੇ ਵਿੱਚ ਪੁੱਜ ਜਾਣ। ਝਨੇੜੀ ਤੇ ਫਤਿਹਗੜ੍ਹ ਛੰਨਾ, ਜਿਹੜੀ ਟੀਮ ਪਹਿਲਾਂ ਆਊਗੀ ਉਹਦੀ ਝਨੇੜੀ ਤੇ ਫਤਿਹਗੜ੍ਹ ਛੰਨਾ ਦੋਨੋਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਓ। ਹੈਲੋ, ਬਿੰਨੀ ਗਾਜੇਵਾਸ ਵਾਲਾ ਜਿੱਥੇ ਵਾਸ ਹੁੰਦਾ ਸਟੇਜ 'ਤੇ ਆ ਜੇ। ਬਿੰਨੀ ਗਾਜੇਵਾਸ ਉਹਨੂੰ ਤਾਂ ਸਾਥੀ ਖਿਡਾਰੀ ਡਿੱਗ ਰਹੇ ਨੇ। ਬਿੰਨੀ ਗਾਜੇਵਾਸ ਜਿੱਥੇ ਵਾਸ ਹੁੰਦਾ ਸਟੇਜ 'ਤੇ ਆ ਜੇ। ਟੀਮਾਂ ਜਲਦੀ ਗਰਾਊਂਡ ਦੇ 'ਚ ਆ ਜਾਓ। ਉਧਰੋਂ ਝਨੇੜੀ ਪੁੱਜ ਗਈ, ਫਤਿਹਗੜ੍ਹ ਛੰਨਾ ਦੀ ਟੀਮ ਜਲਦੀ ਆ ਜਾਵੇ। ਫਤਿਹਗੜ੍ਹ ਛੰਨਾ ਕਿਹੜੀ ਟੀਮ ਆ ਗਈ? ਫਤਿਹਗੜ੍ਹ ਛੰਨਾ ਤੇ ਝਨੇੜੀ ਝਨੇੜੀ ਆ ਗਰਾਊਂਡ ਦੇ ਵਿੱਚ ਆ ਗਏ ਨੇ। ਹਾਂ ਠੀਕ, ਝਨੇੜੀ ਤੇ ਫਤਿਹਗੜ੍ਹ ਛੰਨਾ ਦੀਆਂ ਟੀਮਾਂ ਦੇ ਦਰਮਿਆਨ ਬੜਾ ਤਕੜਾ ਮੈਚ ਖੇਡ ਕਬੱਡੀ ਦਾ, ਦੂਜਾ ਸੈਮੀਫਾਈਨਲ ਮੈਚ ਇਸ ਖੇਡ ਕਬੱਡੀ ਕੱਪ ਦਾ। ਫਤਿਹਗੜ੍ਹ ਛੰਨਾ ਤੇ ਝਨੇੜੀ ਹੈਲੋ ਹੈਲੋ, ਸਾਡੇ ਸੁਖਵਿੰਦਰ ਸਿੰਘ ਢਿੱਲੋਂ ਵੱਲੋਂ ਤਾਰੀ ਜਿਹਨੇ ਜੱਫੇ ਲਾਊਗਾ ਹਰੇਕ ਜੱਫੇ ਦੇ 300 ਰੁਪਏ ਹੋਊਗਾ ਸੁਖਵਿੰਦਰ ਸਿੰਘ ਦਾ। ਝਨੇੜੀ ਤੇ ਫਤਿਹਗੜ੍ਹ ਛੰਨਾ ਦੀਆਂ ਟੀਮਾਂ ਦੇ ਦਰਮਿਆਨ ਦੂਜਾ ਸੈਮੀਫਾਈਨਲ ਮੈਚ। ਫਤਿਹਗੜ੍ਹ ਛੰਨਾ ਦੀ ਟੀਮ ਦੇ ਰਹਿੰਦੇ ਖਿਡਾਰੀ ਜਲਦੀ ਨਾਲ ਪੁੱਜ ਜਾਣ। ਲੈ ਵੀ ਕੀ ਪਿਆ ਨੌਜਵਾਨ ਗਰਾਊਂਡ ਦੇ ਵਿੱਚ ਪੁੱਜ ਕੇ ਨਾ। ਝਨੇੜੀ ਤੇ ਫਤਿਹਗੜ੍ਹ ਛੰਨਾ, ਜਿੰਨਾ ਕਾਜੂ ਜੱਫੇ ਲਾਊਗਾ ਹਰਜਿੰਦਰ ਸਿੰਘ ਗੱਲੋਂ ਨੂੰ ਹਰੇਕ ਜੱਫੇ ਤੇ 100 ਰੁਪਇਆ ਹੋਊਗਾ। ਨਨਾਮਪੁਰ ਤੋਂ ਦੋ ਬੱਚੇ ਨੇ ਪਰਮਿੰਦਰ ਸਿੰਘ ਹੋਣੀ, ਉਹ ਜਾ ਕੇ ਗੇਟ ਤੇ ਮਿਲਣਾ ਚੰਦ ਸਿੰਘ ਨੂੰ।
कि फतेहगढ़ छन्ना ते झनेड़ी का यह मैच मित्र भी फस गई कुंडियां बाहर बैठे तो लोग यो गल्लां करदे कि टीमां दोनों चंगियां कि किहड़ा खिचू गिट किहड़ा पाऊगा कबड्डियां झुक झुक के कि जिहदियां पट्टां दे विच जान मित्रो जाना उसे ने जित के कि जिहदियां डौलियां दे विच जान मित्रो जाना उसे ने जित के बाकी जिहदियां पट्टां दे विच जान मेरे वीरो लगिया हुई मेहनतां दे मुल पैंदे ने इन्हां खेड दे मैदानां दे विच फतेहगढ़ छन्ना ते झनेड़ी एक सब तो वड्डी गल इस टूरनामेंट की दो सैमीफाइनल मैच लोग सौहां खवाउंदे ने कि साडे टूरनामेंट दे मैच जिहड़ा सांझा ना होवे पर इह दोनों सैमीफाइनल मैच लगे ने एक बड़ी खुशी की गल तुसीं एडा वड्डा मेरे वीरो दर्शक पुज्जे ने ढुक ढुकी ते एक बार जोरदार ताड़ी मार दो सारियां टीमां दे लई क्योंकि कोई भी मैच जिहड़ा इह सांझा नहीं होया जे सांझे मैच देखण दा शौक आ तां ताड़ी ना मारो जे मैच देखने के शकीन हो तो ताड़ी जोरदार मारो यार मूव स्प्रे जी खेड के मैदान में पहुंची कर दो मूव स्प्रे ताड़ी जिन्हें जफ्फे लाऊगा सुखविंदर सिंह ढिल्लों वालों हरेक जफ्फे के 300 होगा फतेहगढ़ छन्ना है ताड़ी जिन्हें जफ्फे लाऊगा मैच जल्दी ना शुरू करवा दिता जाए फतेहगढ़ छन्ना ते झनेड़ी सिरे का मैच खेड़ कबड्डी का पहली रेड से नरेंद्र सिंह औजला वालों 100 रुपया पहली रेड से करो जी मैच स्टार्ट करो बहुत टाइम हो गया जी मैच स्टार्ट करो साढ़े 15 ते 16 वाला जो जेतू होगा इस मैच का सिरे का मैच खेड कबड्डी का शुरू होने लग्या पहली रेड से नरेंद्र सिंह औजला वालों 100 रुपया लग चुके सोनी टूर वालों साउदी अरब वाले साढ़े वीर वालों क्लब के लिए जिथे वड्डा मान थे उत्थे साढ़े तो खुश हो के साढ़े बोलों तो 500 रुपए का मेरे वीरों वड्डा मान पहुंचता होया पहली रेड ते सोनी टूर उन्होंने 100 रुपया जगतार सिंह टूर वालों 100 रुपया करत्यान सिंह वालों पहली रेड 300 की हो गई लै हंदे च करते सनीप ਲੈ ਵੀ ਧੂੜ ਵਾਲਿਆਂ ਮਾਰ ਕੇ ਨਾ ਵਿਸਲ ਜਿਹੜਾ ਮੈਚ ਸ਼ੁਰੂ ਕਰਵਾ ਦੇ ਪਹਿਲੀ ਰੇਡ 300 ਦੀ ਹੈ ਜਗਤਾਰ ਸਿੰਘ ਵੱਲੋਂ ਹਰਪਾਲ ਨਰਿੰਦਰ ਸਿੰਘ ਵੱਲੋਂ ਤੇ ਗੁਰਧਿਆਨ ਸਿੰਘ ਵੱਲੋਂ ਹੰਦਿਆਂ 'ਚ 300 ਰੁਪਇਆ ਕੱਢਿਆ ਗਿਆ ਪਹਿਲੀ ਕਬੱਡੀ ਲੈ ਵੀ ਛੰਨਾ ਵਾਲਿਆ ਕਿਹੜਾ ਨੌਜਵਾਨ ਪਾਵੇਗਾ 300 ਦੀ ਪਹਿਲੀ ਕਬੱਡੀ ਆ ਚੱਲ ਵੀ ਨੌਜਵਾਨ ਛੰਨਾ ਵਾਲਿਆ ਪਾ ਪਹਿਲੀ ਕਬੱਡੀ ਪਰ ਇੱਧਰ ਕਹਿੰਦੇ ਧਨੌਲੇ ਵਾਲੇ ਕਾਲੇ ਦੀ ਪਹਿਲੀ ਕਬੱਡੀ ਪੈ ਚੁੱਕੀ ਆ 300 ਦੀ ਮੇਰੇ ਵੀਰੋ ਇੱਧਰ ਧਨੌਲੇ ਦੀ ਧਰਤੀ ਦਾ ਕਾਲਾ ਪਾਉਂਦਾ ਹੋਇਆ ਕਬੱਡੀ ਤੇ ਪਹਿਲਾਂ 1.5 ਅੰਕ ਕਰ ਫੁੱਲ ਵਰਗਾ ਟੱਚ ਆ ਮੁੰਡੇ ਤਾਂ ਕਹਿੰਦੇ ਧਨੌਲਾ ਪਿੰਡਾ ਇਹ ਵੀ ਮੁੰਡਾ ਕਹਿੰਦੇ ਵਰਲਡ ਕਬੱਡੀ ਕੱਪ ਦੇ ਸਟੈਂਡ ਬਾਏ ਪਲੇਅਰਾਂ ਦੇ ਵਿੱਚ ਰਿਹਾ ਇਹ ਆ ਧਨੌਲੇ ਦੀ ਧਰਤੀ ਦਾ ਕਾਲਾ ਕਦੇ ਕੈਲੀਫੋਰਨੀਆ ਈਗਲ ਦੀ ਟੀਮ ਦੇ ਲਈ ਸੋਨੀ 6 ਚੈਨਲ ਤੇ ਦੁਨੀਆ ਨੇ ਤੱਕਿਆ ਤੇ ਇੱਧਰ ਅਗਲੀ ਕਬੱਡੀ ਕਹਿੰਦੇ ਜੰਗਪਾਲ ਸਿੰਘ ਨੌਜਵਾਨ ਦਾ ਧੌਲਾ ਪਿੰਡਾ ਤੇ ਦੁਨੀਆ ਜੰਗਪਾਲ ਦੇ ਨਾਂ ਦੇ ਨਾਲ ਜਾਣਦੀ ਆ ਇੱਧਰ ਜੰਗਪਾਲ ਦੀ ਪੈਂਦੀ ਹੋਈ ਕਬੱਡੀ ਉੱਧਰ ਰਣੀਕੇ ਦਾ ਕਾਜੂ ਝਨੇੜੀ ਪਿੰਡ ਦਾ ਬੱਬੂ ਨਾਲ ਹੀ ਮੇਰੇ ਵੀਰੋ ਤਾਰੀ ਛੰਨਾ ਪਿੰਡ ਦਾ ਨਾਲ ਝਨੇੜੀ ਦੇ ਸੇਮੇ ਵਰਗੇ ਇਹ ਵੀ ਦੁਨੀਆ ਭਰ ਦੇ ਪ੍ਰਸਿੱਧ ਨੇ ਇੱਧਰ ਕਹਿੰਦੇ ਬੱਬੂ ਝਨੇੜੀ ਪਿੰਡ ਦਾ ਮੇਰੇ ਵੀਰੋ ਕਰਦਾ ਹੋਇਆ ਟਰਾਈ ਤੇ ਪਰ ਪੁਆਇੰਟ ਦੇਖਦਾ ਵੀ ਆਹ ਮੁੰਡਾ ਕਹਿੰਦੇ ਜੰਗਪਾਲ ਸਿੰਘ ਧੌਲੇ ਵਾਲਾ ਆਪਣੀ ਟੀਮ ਦੇ ਸਿੱਖ ਲੱਖਾਂ ਵਰਗਾ ਪੁਆਇੰਟ ਜੋੜਦਾ ਸੰਦੀਪ ਤੁਹਾਨਾਂ ਦਾ 100 ਹੋਵੇਗਾ ਗਰਵ ਸੋਹਣਾ ਸ਼ੀਰਾ ਜਫਾ ਲਾਵੇਗਾ ਗਰਵ ਸੰਨਾ ਕਿਹੜਾ ਮਰਜ਼ੀ ਖਿਡਾਰੀ ਜਫਾ ਲਾਵੇ 700 ਰੁਪਏ ਦਾ ਹੋਊਗਾ 900 ਭਗਵਾਨ ਨੰਬਰਦਾਰ ਜੀ 100 ਨਰਿੰਦਰ ਔਜਲਾ 500 ਰੁਪਇਆ
दर्शना जी दे मामा जी दे मुंडे ने सात साल ते एक नरेंद्र सिंह जी ने आज संदीप तूर वालों भी एक साथ आ जाएगा नरेंद्र सिंह जी लावी शन्ना बड़ा लोग थोड़ा जपा होगी पल्ले पल्ले ये अकेला फतेहगढ़ शन्ना का अमृत लावी मार दो ताड़ी जी अमृत की खेल दो प्यार करते हो लावी वीर मालविंदर एक सौ तू ते संदीप एक सौ तू दो सौ ते सौ लावी वीर चमकौर नौ सौ दे दो गेरा अमृत नो जसू तूर वालों भी एक सौ एक हजार दे दो गेरा अमृत शन्ना वाली इधर नौजवान की पी छन्ना वाले सोनी की कबड्डी ये कहते झनेड़ी का बबू ला के तगड़ा जफा टीम के सिक लखा वर्ग पॉइंट जुड़ता उधर कहता सुहाणे की धरती का पम्मा ला तगड़ा जफा एक होर लखा वर्ग पॉइंट जुड़ता हुआ चल भी नौजवान पागली कबड्डी पत्तना वालिया के हथ घुट के दे हले साडी उम्र न्याणी मैं सुनिया मेले चो बिछड़ के कई रूहां दे हाणी ए दर्द विछोड़े दे सब तो नहीं जाने ए चेले ए हुण नसीबा नाल चंद्रिया दल मिलियां दे मेले बाकी दल मिलियां दे मेले ने इधर पत्तणा दी धरती दा काका पाके कबड्डी लखां वर्ग पॉइंट जोड़दा होया चल भी नौजवाना गिरा तनौले वाला अगली कबड्डी इधर काला तनौले दी धरती दा अगली कबड्डी पाउंदा होया अमृता जफा ला सौ मेरे वालों सौ बलजिंद्र आस्ट्रेलिया वालों दो सौ होगा जी इधर पर तनौले की धरती का काला एक होर लखा वर्ग पॉइंट जुड़ता इधर संदीप तूर कहना कि छन्ना वाला अमृत जा पिथों वाला शीरा जफा लावेगा तो एक सौ दिता जाएगा बाकी सत सौ हो गया एक एक हजार के जफे लगते हुए नहीं इधर कहते जंगपाल सिंह की अगली कबड्डी आ मुंडा कहते धौले का जंगपाल अत की जवानी चढ़ी है मुंडे इधर जंगपाल की पैंती हुई कबड्डी की गल करिए इधर बब्बू झनेड़ी वाल ट्राई करता पर पॉइंट जरा धा भी दे सौ रुपया गुरचरण सरपंचिया वालों होगा जे पाली अपना अंबर फल आ सौ मेरे वालों सौ बलजिंद्र आस्ट्रेलिया वालों तीन सौ सौ भिंदर एन आर आई रमनदीप के डैडी ने उन्हों वालों चार सौ सौ लखा उन्हों वालों सौ रमनदीप तूर जी वालों सौ गुरध्यान तूर जी वालों छे सौ सौ कश्मीर तूर जी सुहाने की धरती का मेरे वीरो अल्टो कार का जेतु नौजवान सौ बलजिंद्र तूर जी वालों सौ कश्मीर तूर जी वालों सौ किन्ने पैसे हो गए बारह सौ ला रहा है जी छन्ना वाला कोई भी जाफी जफा लगा तेरह सौ जी आ मुंडा कहते फतेहगढ़ छन्ना का सौ तूर जी वालों फिर तो कहते पाली वर्गा वालों हाथ भरता जाता है गर्व वाली गल होगी उधर छन्ना वाला पाली अज तो सौ रखने तूर हाथ च आ गए किन्ने हो गए दे देंगे उधर तनौले वाला काला एक होर लखा वर्ग पॉइंट जोड़ता हुआ चल भी पत्तना वाला काका नौजवान पागली कबड्डी इधर पत्तना की धरती का काका फिर कबड्डी इधर प्रदीप तैना कबड्डी तीन सौ पैंठ डॉट कॉम का मेरी वीरो मुख ऑर्गेनाइजर नाल हैप्पी सिद्धू होनी कहते बड़ी मशहूर वैबसाइट आ कबड्डी तीन सौ पैंठ डॉट कॉम इधर पत्तना की धरती का काका बाकी कबड्डी पॉइंट का वाधा करता हुआ इधर ग्यारह सौ रुपया जस्से ते पिट्टू करनैल तूर पिट्टू तूर सौ तूर सौ मेरे वालों बारह सौ रुपए की होगी जस्से की रेट इधर पर काले तनौले वाले की कबड्डी आ उधर छन्ना का अमृता नाल रोमी वर्गे हजार रुपया करीरा मेरे वीर माता सरपंचिया वालों पहुंच गया ग्राउंड इधर काले वाले काला लखा वर्गा पॉइंट जोड़ता हुआ जसू वालों एक सौ होगा जे छन्ना वाला जाफी जफा लावेगा इधर पर अगली कबड्डी कहते जंगपाल सिंह धौले वाला जसू तूर ते संदीप तूर वालों मेरे वीरो एक एक सौ दिता जाएगा लै भी संदीप अज बड़ी मुबारकबाद क्योंकि मेला जरा यह सिरा होने वाली गल हो इधर नौजवान की पैंती हुई कबड्डी उधर चार जाफी ने तारी वर्गे काजू वर्गे बब्बू वर्गे मेरे वीरो पाऊंगा ग्यारह ग्यारह सौ रुपया प्रगट पिट्टू जी वालों उन्होंने वालों होगा जी सौ क्लब वालों सौ मेरे वालों दो हजार भी रहे
ਦੱਸੇ ਜੀ ਗੁਰਚਰਨ ਸਿੰਘ ਜੀ ਸਾਬਕਾ ਸਰਪੰਚ ਵੱਲੋਂ ਜੇ ਪਿੱਥੋਂ ਵਾਲਾ ਸ਼ੀਰਾ ਜੱਫਾ ਲਾਵੇਗਾ ਤਾਂ 500 ਦਿੱਤਾ ਜਾਵੇਗਾ ਜੇ ਪਿੱਥੋਂ ਵਾਲਾ ਸ਼ੀਰਾ ਜੱਫਾ ਲਾਵੇਗਾ ਇੱਧਰ ਸ਼ੀਰਾ ਪਿੱਥੋਂ ਪਿੰਡਾ ਅੰਮ੍ਰਿਤ ਛੰਨਾ ਵਾਲਾ ਆਹ ਮੁੰਡੇ ਤੇ ਕਹਿੰਦੇ ਅੱਤ ਦੀ ਜਵਾਨੀ ਆ ਮੇਰੇ ਵੀਰੋ ਇਹ ਆ ਕਹਿੰਦੇ ਛੰਨਾ ਵਾਲਾ ਅੰਮ੍ਰਿਤ ਲੈ ਵੀ ਅੰਮ੍ਰਿਤ ਸੀ ਅੱਜ ਮੇਲਾ ਲੁੱਟਣ ਵਾਲੀ ਗੱਲ ਕੀਤੀ 100 ਰੁਪਿਆ ਕਾਰਜ ਸਾਹਿਬ ਲਿਆਤਾ ਨੰਬਰਦਾਰ ਉਹਨਾਂ ਵੱਲੋਂ 100 ਰੁਪਿਆ ਦੀ ਮਾਲਵਿੰਦਰ ਵੱਲੋਂ ਲੈ ਵੀ 1700 ਸੀ ਉਹਨਾਂ ਵੱਲੋਂ ਚਮਕੌਰ ਜਿਹੜਾ 1700 ਲੱਗਿਆ ਸੀ ਅੰਮ੍ਰਿਤ ਦਾ ਉਹ ਪੁੱਛਦਾ ਕਰਦੇ 200 ਮੇਰੇ ਕੋਲ 1900 ਹੋ ਚੁੱਕਿਆ ਇੱਧਰ ਨੌਜਵਾਨ ਦੀ ਪੈਂਦੀ ਹੋਈ ਕਬੱਡੀ ਦੇਖੋ ਕਿਹੜਾ ਇਹ ਆ ਛੰਨਾ ਵਾਲਾ ਸੋਨੀ ਲੈ ਵੀ ਸਾਬਕਾ ਸਰਪੰਚ ਗੁਰਚਰਨ ਸਿੰਘ ਵੱਲੋਂ ਛੰਨਾ ਵਾਲੇ ਸੋਨੀ ਦੇ ਲਈ ਵੇਖੋ ਕਿਹੜਾ ਪਰ ਗੱਡਾ ਡਹੀਆਂ ਹੁੰਦਾ ਹੋਇਆ ਮੇਰੇ ਵੀਰੋ ਉੱਧਰ ਵੇਖੋ ਕਿਹੜਾ ਬੱਲੇ ਬੱਲੇ ਹੁੰਦੀ ਹੋਈ ਲਾਗਾ ਗੁਰਜਿੰਦਰ ਢਿੱਲੋਂ ਵੱਲੋਂ ਛੰਨਾ ਵਾਲੇ ਅੰਮ੍ਰਿਤ ਦੇ ਲਈ 100 ਲੈ ਵੀ ਦਰਸ਼ੀ ਅੰਮ੍ਰਿਤ 1700 ਉਧਰੋਂ ਫੜਦੀ ਕਿਰਾ ਇੱਧਰ ਨੌਜਵਾਨ ਧਨੌਲੇ ਵਾਲੇ ਕਾਲੇ ਦੀ ਪੈਂਦੀ ਹੋਈ ਕਬੱਡੀ ਵੇਖੋ ਕਿਰਾ ਉੱਧਰ 4 ਜਾਫੀ ਨੇ ਇਹ ਸੁਹਾਣਿਆਂ ਦਾ ਪੰਮਾ ਆਹ ਮੁੰਡਾ ਕਹਿੰਦੇ ਪਿੱਥੋਂ ਵਾਲਾ ਸ਼ੀਰਾ ਪਰ ਜੱਫਾ ਨਹੀਂ ਲਾ ਸਕਿਆ ਪੁਆਇੰਟ ਜਿਹੜਾ ਧਾਵੀ ਦੇ ਸੀ ਮੇਰੀ ਵੀਰੋ ਇਹ ਧਨੌਲੇ ਵਾਲਾ ਕਾਲਾ ਡਾਕਟਰ ਬਲਜੀਤ ਜੀ ਆਪਣੀ ਦੁਕਾਨ ਤੇ ਵਗ ਜਾਣ ਥੋੜਾ ਕੋਈ ਉੱਥੇ ਐਮਰਜੈਂਸੀ ਹੈ ਇੱਧਰ ਜੰਗਪਾਲ ਦੀ ਕਬੱਡੀ ਤੇ ਮੇਰੇ ਵੀਰੋ ਜੱਸੂ ਹੋਣਾ ਵੱਲੋਂ ਮਾਨਸਤਕਾਰ ਹੋਣਗੇ ਇੱਧਰ ਨੌਜਵਾਨ ਦੀ ਪੈਂਦੀ ਹੀ ਕਬੱਡੀ ਵੇਖੋ ਕਿਹੜਾ ਇਹ ਪੱਤਰਾਂ ਦੀ ਧਰਤੀ ਦਾ ਕਾਕਾ ਪਰ ਪੁਆਇੰਟ ਜਿਹੜਾ ਇਸ ਧਾਵੀ ਦੇ ਸੀ ਬਿੱਟੂ ਵੱਲੋਂ ਜੱਸੂ ਵੱਲੋਂ ਇਹ ਤੂਰ ਪਰਿਵਾਰ ਵੱਲੋਂ ਐਨਆਰਆਈ ਪਰਿਵਾਰ ਵੱਲੋਂ ਲੱਖੇ ਹੋਣਾ ਵੱਲੋਂ 1100 ਜੰਗਪਾਲ ਦੇ ਲਈ ਪੁੱਜਦਾ ਹੋਇਆ ਇੱਧਰ ਅਗਲੀ ਕਬੱਡੀ ਵੇਖੋ ਕਿਹੜਾ ਆਹ ਮੁੰਡਾ ਕਹਿੰਦੇ ਕਪਿਆਲ ਦੀ ਧਰਤੀ ਦਾ ਮੇਰੇ ਵੀਰੋ ਇੱਧਰ ਕਪਿਆਲ ਵਾਲਾ ਪਾਕੀ ਕਬੱਡੀ ਲੱਖਾਂ ਵਰਗ ਪੁਆਇੰਟ ਜੋੜਦਾ ਹੋਇਆ ਰਮਨ ਜੁਕੇ ਵਾਲਾ ਮੇਰੇ ਵੀਰੋ ਸਾਡੇ ਲਈ 500 ਪੁੱਜਦਾ ਕਰਦਾ ਇਹ ਵੀ ਜ਼ਿੰਦਗੀ ਦਾ ਯਾਰ ਰਮਨ ਇੱਥੋਂ ਆਪਣੇ ਗੁਰਚਰਨ ਸਰਪੰਚ ਅਗਲੇ ਸਾਲ ਰਮਨ ਵੱਲੋਂ 25,000 ਦਿੱਤਾ ਜਾਵੇਗਾ ਉੱਧਰ ਬੱਲੇ 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 ਉੱਧਰ ਵੇਖੋ ਕਿਹੜਾ ਸਵਾਲ ਖੇਡ ਕਬੱਡੀ ਦਾ ਮੇਰੇ ਵੀਰੋ ਉੱਧਰ ਲੱਗਦਾ ਹੋਇਆ ਜੱਫਾ ਨੌਜਵਾਨ ਨੂੰ ਬੱਲੇ ਬੱਲੇ ਹੋ ਗਈ ਮੈਦਾਨ ਦੇ ਵਿੱਚ ਬੱਲੇ ਬੱਲੇ ਪੂਰਾ ਜ਼ੋਰ ਲੱਗਿਆ ਪਿਆ ਪੂਰਾ ਜ਼ੋਰ ਲੱਗਿਆ ਪਿਆ ਇਹ ਕਹਿੰਦੇ ਜੰਗਪਲ ਧੌਲੇ ਵਾਲਾ ਗੁਰਚਰਨ ਸਰਪੰਚ ਵੱਲੋਂ ਇਸ ਨੌਜਵਾਨ ਧਾਵੀ ਦੇ ਲਈ 100 ਮੇਰੇ ਵੀਰੋ ਚੁੱਕੇ ਵੱਲੋਂ ਅਗਲੇ ਸਾਲ 51,000 ਮੇਰੇ ਵੀਰੋ ਇੱਧਰ ਵੱਡੀ ਗੱਲ ਅੱਜ ਇਸ ਧਰਤੀ ਤੇ ਇੱਧਰ ਧਨੌਲੇ ਵਾਲੇ ਕਾਲੇ ਦੀ ਫਿਰ ਪੈਂਦੀ ਹੀ ਕਬੱਡੀ ਵੇਖੋ ਕਿਹੜਾ ਇੱਧਰ ਨੌਜਵਾਨ ਦੀ ਪੈਂਦੀ ਹੀ ਕਬੱਡੀ ਦੇ ਆ ਕਹਿੰਦੇ ਸਹਾਣਿਆਂ ਦਾ ਪੰਮਾ ਕਰਦਾ ਹੋਇਆ ਟਰਾਈ ਪਰ ਪੁਆਇੰਟ ਜਿਹੜਾ ਧਾਵੀ ਦੇ ਸੀ ਚੱਲ ਵੀ ਨੌਜਵਾਨਾਂ ਛੰਨਾ ਵਾਲਾ ਪਾਗਲੀ ਕਬੱਡੀ